ਕਿਵੇਂ ਬਰਾੜਾ? ਠੀਕ ਠਾਕ ਜੀ ਭਾਈ। ਕਿਵੇਂ ਚਿੱਟੇ ਪਏ ਆ? ਚਿੱਟੇ ਕਾਹਦੇ ਪਾਉਣੇ ਯਾਰ, ਕਣਕ ਵਾਢੂ ਹੀ ਲੱਗਦੀ ਹੈ। ਨਹੀਂ ਨਹੀਂ ਕਣਕ ਨਹੀਂ ਵੱਢ ਲਈ, ਉਹ ਤਾਂ ਮੇਰਾ ਮਸ਼ੀਨ ਦੀ ਭਾਲ 'ਚ ਫਿਰਦਾ। ਅੱਛਾ, ਦੂਸਰਾ ਉਹ ਪੰਗਾ ਜਿਹਾ ਲੈ ਬੈਠੇ ਯਾਰ, ਪਲਾਟ 2 ਲੈ ਲਏ ਸ਼ਹਿਰ ਹੈ ਫਰੀਦਕੋਟ। ਹਾਂ, ਉਹਦੀ ਰਜਿਸਟਰੀ ਜੀ ਦਾ ਕੰਮ ਵਿੱਚ ਅੜਖੜੇ ਵਿੱਚ ਆ ਗਿਆ ਛੁੱਟੀਆਂ। ਅੱਛਾ, ਅਤੇ ਹੁਣ ਲੇਟ ਹੋਏ ਲੋਕਾਂ ਦਾ, ਤੂੜੀ ਬਣਾਉਣ ਵੀ ਲੱਗ ਪਏ, ਅਤੇ ਮੈਂ ਤਾਂ ਮਸ਼ੀਨ ਨੂੰ ਪੈਸੇ ਉਹ ਮੈਂ ਨਕਦ ਹੀ ਦੇ ਦਾਂਗੇ, ਨਾਲੇ ਘੱਟ ਬਣਾਉਣੀ ਹੈ। ਹਾਂ ਬਣਾਉਣੀ ਹੈ। ਬਾਬੇ ਦੱਸ ਘਰੇ ਮਸ਼ੀਨ ਆਈ, ਉਹ ਤੁਹਾਡਾ ਬੰਦੇ ਚੰਗੇ ਤਾਂ ਕੀ ਆ, ਵੱਢ ਦੇ ਵਧੀਆ ਬੰਦੇ ਵੱਢ ਦੇਣਗੇ। ਅੱਛਾ, ਕਹਿ ਰਹੇ ਪੈਸੇ ਦੇਣੇ ਆ, ਫਿਰ ਨਵੀਂ ਤੋੜਾ ਉਹਨੂੰ। ਠੀਕ ਹੈ, ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ। ਭਾਈ ਆ ਜਿਹੜੀ ਦਰਸ਼ਨ ਬਾਬੇ ਘਰੇ ਮਸ਼ੀਨ ਆਈ ਆ, ਉਹ ਕਿੱਥੇ ਕੀ ਵੱਢਦੀ ਹੈ? ਹਾਂ ਇਹ ਵੱਢੀ ਜਾਂਦੀ ਯਾਰ, ਸਾਡੇ ਸਾਹਮਣੇ ਤੇ ਉਹ ਮਾਲਕ ਬੈਠਾ ਉਹਦਾ, ਉਹ ਮੰਜੇ ਤੇ। ਹਾਂ ਕਰ ਲਾ ਪਤਾ। ਤੂੰ ਪੈਸੇ ਨਗਦ ਫੜ ਯਾਰ, ਪਾ ਦੇ ਤੂੰ ਜਾ ਕੇ, ਕੋਈ ਨੀ ਜੇ ਕੋਈ ਤੇਰਾ ਕੋਈ ਹੱਕ ਨੀ ਰੱਖਦੇ ਯਾਰ ਵੀ ਤੂੰ। ਚੱਲ 14-15 ਕਿੱਲੇ ਤਾਂ ਆਏ, ਫਿਰ ਕੋਈ ਗੱਲ ਨਹੀਂ ਬਈ, ਕਰ ਦਾਂਗੇ ਹੋਰ ਦੱਸੂਗੇ ਸੇਵਾ। ਠੀਕ ਹੈ, ਚੱਲ ਹੋਰ ਵੀ ਕੋਈ ਸੇਵਾ ਨਾ ਕੋਈ? ਮੇਰੀ ਗੱਲ ਚੌਚਾ ਚੌਚਾ ਲਾਉਣਾ, ਕੋਈ ਡਰਾਈਵਰ ਡਰੂਵਰ ਹੁੰਦਾ ਉਹ ਵੀ ਆਪਣੇ ਕੋਲ ਵਾਧੂ ਹੀ ਹੈ। ਨਹੀਂ 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 ਨਾ ਨਾ ਨਾ, ਪੈਗ ਪੁੱਗ ਵਾਸਤੇ ਪੈਗ ਵੀ ਦੇ ਦਾਂਗੇ। ਠੀਕ ਹੈ, ਅਤੇ ਵੱਡ ਯਾਰ ਜਦੋਂ ਮਰਜ਼ੀ ਲਾ ਦੇ ਯਾਰ, ਮਤਲਬ ਥੋੜ੍ਹੀ ਰਹਿ ਗਿਆ ਨਾ ਹੋਇਆ ਜੀ, ਆਪਣਾ ਬਸ ਫ੍ਰੀ ਸੀ ਅਸੀਂ ਤਾਂ ਬੈਠੇ ਹੋਏ ਸੀ। ਬਸ ਠੀਕ ਹੈ ਬਾਈ, ਸ਼ਾਬਾਸ਼ ਤੇਰੇ। ਠੀਕ ਹੈ, ਹਾਂ ਚੱਲ ਆਇਆ ਬਾਈ, ਮਗਰੀ ਆ ਗਿਆ। ਅੱਛਾ ਚੱਲ ਮਗਰੀ ਆਇਆ ਬਾਈ। ਠੀਕ ਹੈ, ਐਵੇਂ ਲੋਕ ਕਹਿੰਦੇ ਮਸ਼ੀਨ ਨਾਲ ਨਹੀਂ ਮਿਲਦੇ ਪਏ, ਬੰਦਾ ਤਾਂ ਠੀਕ ਹੈ ਰਹਿੰਦੇ, ਲੋਕ ਕਹੀ ਜਾਂਦੇ ਲੱਗਦੀ ਰਹੀ ਹੈ ਭੈਣ। ਚੱਲ ਦਿਹਾੜੀ ਤਾਂ ਭਾਈ ਬੰਦੇ ਨੂੰ ਸੱਦ ਕੇ ਫੋਨ ਲਾ ਕੇ। ਹੋਰ ਖੁਸ਼ਾਂ ਬਰਾੜਾ? ਹਾਂ ਬਾਈ ਬਿਲਕੁਲ, ਮੰਨਦਾ ਫੁਰਤੀ ਬੰਦਿਆਂ ਦੀ ਫੁਰਤੀ ਤਾਂ ਬਈ ਯਾਰ ਵਾਕਿਆ ਇੱਕ ਨੰਬਰ ਆ। ਪਰ ਆ ਵੀ ਤੈਨੂੰ ਮੈਂ ਆਖਿਆ ਨਾ ਜਿਹੜੀ ਗੱਲ ਵੀ 60-65 ਮੰਨੀ, ਤੂੰ ਦੱਸ ਦਿੱਤੀ ਤਾਂ ਰੋਜ਼ ਵਰਦੇ ਕਿੰਨੀ ਕਣਕ ਨਿਕਲ ਆਉ 60-65 ਮਾੜਾ ਕਹੀ ਬੰਦਾ ਨਾ।
ਹਾਂਜੀ ਕਣਕ ਵਢਾ ਲਈ ਕੁਛ ਕਰ ਲਿਆ ਚੱਕਰ ਪੈਸੇ ਤਾਂ ਦੇ ਦੂਗਾ ਕਿ ਨਹੀਂ ਦਿੰਦਾ ਦੇ ਦੂਗਾ ਪਰ ਥੋੜਾ ਲੇਟ ਦੇਊਗਾ ਰਿਕਾਰਡ ਬੰਦੇ ਦਾ ਮਾੜਾ ਹੀ ਆ ਨਹੀਂ ਰਿਕਾਰਡ ਵੀ ਠੀਕ ਆ ਚਲੋ ਕੋਈ ਨਹੀਂ ਸਭ ਕੁਛ ਸਹੀ ਆ ਪਰ ਜਦੋਂ ਹਾਲਾਤ ਮਾੜੇ ਸਭ ਕੁਛ ਚੱਲਿਆ ਯਾਰ ਅਸੀਂ ਤਾਂ ਪੱਲਿਓਂ ਪੈਸੇ ਲਾ ਨਹੀਂ ਕੋਈ ਨਹੀਂ ਬਾਅਦ 'ਚ ਫਿਰ ਆਏਂਗੇ ਉਲਟਾ ਹੀ ਆਪਦੀ ਜੇਬ ਦੇ ਵਿੱਚੋਂ ਤੇਲ ਖਰਚਾ ਪਾ ਕੇ ਤੇਰੇ 14-15 ਕਿੱਲੇ ਵੱਡੇ ਯਾਰ ਮਾਮਾ ਧੀਆਂ ਦਾ ਕੋਈ ਗੱਲ ਨੀ ਤੂੰ 10 ਕਿੱਲੇ ਦਾ ਲਾਖ ਕਿੰਨਾ ਬਣਦਾ 10 ਕਿੱਲੇ ਕਹਿੰਦੇ ਯਾਰ ਬਾਈ 10 ਕਿੱਲੇ ਯਾਰ ਉਹ ਚੱਲ 15 ਕਿੱਲੇ ਦੀ ਗੱਲ ਕਰ ਉਹ ਮੂੰਹ ਚ ਨਿਕਲ ਗਿਆ 14-15 ਉਹ ਜ਼ਮੀਨ ਪਈ ਆ ਉਹਦੀ ਮਿਲ ਲਓ ਯਾਰ ਜਾ ਕੇ ਮੈਂ ਕਿਹੜਾ ਗਰੀਬ ਚੱਕੀ ਫਿਰਦਾ ਮਗਰ ਯਾਰ ਵੀ ਮਿਹਨਤੀ ਕਰਦੇ ਫਿਰ ਬਾਈ ਇਹ ਗਰੀਬ ਵਾਲੀ ਗੱਲ ਕਿਹੜੀ ਆ ਯਾਰ ਇਹ ਥੋੜ੍ਹੀ ਵੀ 3-4-5 ਕਿੱਲੇ ਦੇ ਵੱਧ ਦੇ ਦੇਈਏ ਯਾਰ ਉਹ ਮੂੰਹ ਚੋਂ ਨਿਕਲ ਗਿਆ ਹੋਣਾ ਕਿਤੇ ਮਰਜ਼ੀ ਮੇਰੀ ਗੱਲ ਸੁਣ ਲਾ ਜੇ ਤਾਂ 10 ਕਿੱਲੇ ਲੈਣੇ ਆ ਤਾਂ ਭਾਵੇਂ ਕੱਲ੍ਹ ਨੂੰ ਲੈ ਜਾਈ ਉਹ ਵੀ ਆਰਥਿਕ ਤੋਂ ਲਿਆਊਂਗਾ ਮੈਂ ਅਤੇ ਤੂੰ ਦੂਜਾ ਕੰਮ ਨਵੇੜ ਵਾਕਿਆ ਪਾਲਾ ਸਹੀ ਕਹਿੰਦਾ ਇਹ ਕੁੱਤੇ ਦੀ ਪੂਛ ਤਾਂ ਸਿੱਧੀ ਹੋ ਸਕਦੀ ਹੈ ਜਿਹੜੀ ਬੰਦੇ ਨੂੰ ਅੱਤ ਪੈ ਜਾਵੇ ਨਾ ਉਹ ਨਹੀਂ ਕਦੇ ਬਦਲ ਸਕਦੀ